किसी ना कोई लिहाज नहीं। मैं वो शख्स हाँ जिन्हें सरेआम मीडिया ने कहा सी या हरजोत बैंस रहूगा या माइनिंग माफिया रहूगा। 101% ईमानदारी कि थानू मोटे मोटे जे कि लूप होल लगे जिदे जे पिछली सरकार के जिन्हें तुम दोष ला रहे हो कि उन्होंने ये लूप होल रखे हुए सी अपने सुविधा मुताबक। देखो जी मैं गुस्सा करने वाली गल नहीं, कोई भी बाहर नहीं सी ये पिंडों के सरपंचों तो लैके मीडिया वाले भी लेंदे सी, जित्या एम एल ए हारे एम एल ए जिदा जिन्ना वाह पैंदा, यानी मंत्री मुख्यमंत्री जिदा जिन्ना वाह पैंदा सी सबने हथ रंगे हुए सी जी। वो सारिया की हम छुट्टी करके वह सीधा पैसा पंजाब सरकार के खजाने चाहना चाहिए, साधी प्राथमिकता तो लोगों को रेता वजरी मिलता रहना चाहिए। हूँ जेलों चो फोन नहीं, हम जेलों चो सुकून आया करूँगा थानू एन जेल मतलब जेल है, उत्थे बैठ के कोई भी गलत काम उत्थों ऑपरेट नहीं होगा। ਇਹ ਤਾਂ ਇੱਕ ਸੇਫ ਹੈਵਨ ਬਣ ਗਿਆ ਗੈਂਗਸਟਰਾਂ ਲਈ, ਉਹਨੂੰ ਅਸੀਂ ਖਤਮ ਕਰਾਂਗੇ। ਮੈਂ ਦੇਖਿਆ ਸੀ ਜਦੋਂ ਗੁਜਰਾਤ ਦਾ ਟੂਰਿਜ਼ਮ ਡਿਵੈਲਪ ਕਰਨਾ ਸੀ, ਉਹਨਾਂ ਨੇ ਅਮਿਤਾਬ ਬੱਚਨ ਨੂੰ ਅੰਬੈਸਡਰ ਬਣਾਇਆ ਸੀ, ਸੋ ਇਦਾਂ ਦਾ ਵੀ ਹੈ ਤੁਹਾਡੇ? ਮੈਂ ਦੱਸ ਰਿਹਾ ਹੁਣ ਇਹ ਇਹਨਾਂ ਪਲਾਨਾਂ ਦੇ ਉੱਤੇ ਕੰਮ ਹੋ ਰਿਹਾ ਕਿ ਪੰਜਾਬ ਦੀ ਇਮੇਜ ਪੂਰੇ ਦੇਸ਼ ਤੇ ਦੁਨੀਆ 'ਚ, ਕਿਉਂਕਿ ਸਾਨੂੰ ਤਾਂ ਉਹਨੂੰ ਤਾਂ ਬਹੁਤ ਦਮ ਲਾਉਣਾ ਪਿਆ, ਪੰਜਾਬੀ ਤਾਂ ਉੱਦਾਂ ਹੀ ਮਸ਼ਹੂਰ ਨੇ। ਮੈਂ ਕਿਹਾ ਪੰਜਾਬ ਦਾ ਤਾਂ ਹਰ ਪਿੰਡ ਹਰ ਕੋਨਾ ਹੀ ਟੂਰਿਸਟ ਪਲੇਸ ਹੈ, ਪੰਜਾਬ ਇੰਨਾ ਖੂਬਸੂਰਤ ਹੈ, ਸਾਡਾ ਹਰ ਪਿੰਡ ਟੂਰਿਸਟ ਪਲੇਸ ਹੈ। ਅਸੀਂ ਆਪਣੇ ਪਿੰਡਾਂ ਦੇ ਵਿੱਚ ਰੂਰਲ ਟੂਰਿਜ਼ਮ ਸ਼ੁਰੂ ਕਰਾਂਗੇ, ਇੱਕ ਨਵਾਂ ਕਨਸੈਪਟ। ਅੱਜ ਕੱਲ੍ਹ ਮੈਂ ਦੇਖਦਾ ਜਿਹੜੇ ਵੱਡੇ ਸ਼ਹਿਰਾਂ ਦੇ ਲੋਕ ਆ ਸਕੂਨ ਪਾਲਣ ਜਾਂਦੇ ਆ ਪਹਾੜਾਂ ਦੇ ਉੱਤੇ, ਉਹਨਾਂ ਹੁੰਦਾ ਕਿ ਦੂਰ ਦੂਰ ਕਿਤੇ ਦੂਰ ਜਾਓ ਜੀ, ਉੱਥੇ ਮਹਿੰਗੇ ਮਹਿੰਗੇ ਰਿਜ਼ੋਰਟ ਬਣ ਗਏ, ਉਹ 20-30 ਹਜ਼ਾਰ ਰੁਪਇਆ ਇੱਕ ਰਾਤ ਦਾ ਕਿਰਾਇਆ ਰਹਿੰਦੇ। ਅਸੀਂ ਕਹਾਂਗੇ ਆਓ ਸਾਡੇ ਪਿੰਡਾਂ 'ਚ ਰਹੋ, ਪਿੰਡ ਦੀ ਜ਼ਿੰਦਗੀ ਜੀਓ, ਨਾਲੇ 3 ਦਿਨ ਉਹ ਰੂਰਲ ਟੂਰਿਜ਼ਮ ਉਹਨੂੰ ਅਸੀਂ ਪੂਰੇ ਦੇਸ਼ 'ਚ ਪ੍ਰਮੋਟ ਕਰਾਂਗੇ। ਕਿ ਇੱਕ ਸਕੂਲ ਸੀ ਪਾਵਰ ਕਲੋਨੀ ਦਾ, ਉਹ ਸਕੂਲ ਨਿਲਾਮੀ 'ਤੇ ਲਾਤਾ, ਇਹ ਤਾਂ ਪਹਿਲਾਂ ਤੁਹਾਡੀ ਪਾਰਟੀ ਦੇ MLA ਬਣੇ ਜਿਹੜੇ ਦਿਨੇਸ਼ ਚੱਡਾ, ਉਹ ਵੀ ਇਹਨੂੰ ਮੁੱਦਾ ਬਣਾਉਂਦੇ ਰਹੇ ਨੇ ਵੀ ਇਹ ਨਹੀਂ ਸਕੂਲ ਜਾਣਾ ਚਾਹੀਦਾ ਇੱਥੋਂ, ਅਤੇ ਉਹ ਨਿਲਾਮੀ 'ਤੇ ਲਾਤਾ। ਇਹਦੇ ਬਾਰੇ ਤੁਸੀਂ ਕੀ ਕਹਿਣਾ? ਆਮ ਪੰਜਾਬੀ ਭਾਸ਼ਾ 'ਚ ਇਹ ਕਹੀਏ ਅਤੇ ਹੁਣ ਇਹ ਪੁਰਾਣੀ ਸਰਕਾਰਾਂ ਦੇ ਫੈਸਲੇ ਆ। ਅੱਜ ਹਾਲ ਦੀ ਘੜੀ ਜੋ ਮੈਂ ਡਿਪਟੀ ਕਮਿਸ਼ਨਰ ਜਾਂ ਚੱਡਾ ਸਾਹਿਬ ਨੂੰ ਕਿਹਾ ਅਤੇ ਚੱਡਾ ਸਾਹਿਬ ਉਹਦੀ ਫਾਈਲ ਮੰਗਵਾ ਰਹੇ ਆ, ਦੇਖ ਰਹੇ ਨੇ। ਹਾਲ ਦੀ ਘੜੀ ਉੱਥੇ ਕੋਈ ਸਕੂਲ ਨਹੀਂ ਚੱਲ ਰਿਹਾ ਸੀ, ਸਕੂਲ 6 ਮਹੀਨੇ ਪਹਿਲਾਂ ਬੰਦ ਹੋ ਚੁੱਕਿਆ ਸੀ, ਅਤੇ ਪਿਛਲੀ ਸਰਕਾਰ ਦਾ ਫੈਸਲਾ ਕਿ ਉਹ ਸਾਰੀ ਕਲੋਨੀ 'ਚ ਹੁਣ ਇੱਕ ਜਿਹਨੂੰ ਕਹਿ ਸਕਦੇ ਪਾਵਰ ਕਲੋਨੀ ਵੱਲੋਂ ਉੱਥੇ ਅਰਬਨ ਡਿਵੈਲਪਮੈਂਟ ਹੋਣੀ ਹੈ। ਹਾਂਜੀ, ਇੱਕ ਤਾਂ ਵੈਦ ਸਾਹਿਬ ਮੇਰੇ ਨਿੱਜੀ ਮਿੱਤਰ ਵੀ, ਮੈਨੂੰ ਪਤਾ ਉਹ ਬੜੇ ਪਰਮਾਤਮਾ ਦੀ ਉਹਨਾਂ ਦੀ ਬਹੁਤ ਕਿਰਪਾ ਹੈ। ਲੁਧਿਆਣੇ ਸ਼ਹਿਰ ਦੀਆਂ 'ਚ ਮਹਿੰਗੀਆਂ ਮਹਿੰਗੀਆਂ ਜਾਇਦਾਦਾਂ ਦੇ ਉਹ ਮਾਲਕ ਨੇ, ਅਤੇ ਜਦੋਂ ਬੋਲ ਰਹੇ ਸੀ 75 ਹਜ਼ਾਰ ਨਾਲ ਗੁਜ਼ਾਰਾ ਨਹੀਂ ਹੁੰਦਾ, ਤਾਂ ਮੇਰੇ ਹਿਸਾਬ ਨਾਲ 75 ਹਜ਼ਾਰ ਤਾਂ ਉਹਨਾਂ ਦਾ ਡੇਲੀ ਦੇ ਲਾਈਫ ਸਟਾਈਲ ਦਾ, ਉਹਨਾਂ ਦੇ ਪਰਿਵਾਰ ਦਾ ਖਰਚਾ ਹੋਊਗਾ, ਅਤੇ ਉਹਨਾਂ ਦਾ ਗੁਜ਼ਾਰਾ ਤਾਂ ਵੈਸੇ ਨਹੀਂ ਹੋ ਸਕਦਾ। ਪਰ ਦੇਖੋ, ਇੱਕ ਤੋਂ ਵੱਧ ਪੈਨਸ਼ਨਾਂ ਹੋਣੀਆਂ ਉਹ ਜ਼ਰੂਰੀ ਸੀ ਬੰਦ ਕਰਨੀਆਂ, ਠੀਕ ਹੈ, ਜਦੋਂ ਵਕਤ ਦੇ ਨਾਲ ਮਹਿੰਗਾਈ ਵਧੂ ਵੱਧਦੀਆਂ ਰਹਿਣਗੀਆਂ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਚੁੱਕੀ ਹੈ, ਅਤੇ ਵੱਖ ਵੱਖ ਮਹਿਕਮਿਆਂ ਦੇ ਜਿਹੜੇ ਮੰਤਰੀ ਨੇ ਉਹਨਾਂ ਨੇ ਵੀ ਆਪਣਾ ਕੰਮ ਜਿਹੜਾ ਬਹੁਤ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਹੈ। ਸਾਡੇ ਦਰਮਿਆਨ ਅੱਜ ਪੰਜਾਬ ਦੇ ਬਹੁਤ ਹੀ ਨੌਜਵਾਨ ਮੰਤਰੀ ਹਰਜੋਤ ਸਿੰਘ ਬੈਂਸ ਸਾਡੇ ਨਾਲ ਅੱਜ ਮੌਜੂਦ ਨੇ। ਅੱਜ ਉਹ ਆਪਣੇ ਹਲਕੇ ਦੇ ਪਿੰਡਾਂ ਵਿੱਚ ਸਾਡਾ MLA ਸਾਡੇ ਵਿੱਚ ਪ੍ਰੋਗਰਾਮ ਤਹਿਤ ਵੱਖ ਵੱਖ ਪਿੰਡਾਂ 'ਚ ਘੁੰਮਦੇ ਸੀ, ਥੋੜ੍ਹਾ ਜਿਹਾ ਸਮਾਂ ਅਸੀਂ ਉਹਨਾਂ ਤੋਂ ਲਿਆ, ਅਤੇ ਉਹਨਾਂ ਨਾਲ ਅੱਜ ਅਸੀਂ ਉਹਨਾਂ ਦੀ ਜਿਹੜੀ ਉਹਨਾਂ ਦੀ ਪੋਲਿਸੀ ਉਹਨਾਂ ਨੇ ਬਣਾਈ ਆ ਜਾਂ ਉਹਨਾਂ ਨੇ ਅੱਗੇ ਕੀ ਕਿਵੇਂ ਸਰਕਾਰ ਚਲਾਉਣੀ ਹੈ, ਕਿਵੇਂ ਆਪਣੇ ਮਹਿਕਮੇ ਨਾਲ, ਉਹਨਾਂ 'ਤੇ ਭਾਰ ਵੀ ਵੱਡਾ ਹੈ ਮਹਿਕਮਾ ਉਹਨਾਂ ਕੋਲ, ਖਾਸ ਕਰਕੇ ਜਿਹੜਾ ਪੰਜਾਬ ਵਿੱਚ ਬਹੁਤ ਚਰਚਿਤ ਰਿਹਾ ਹੈ, ਮਾਈਨਿੰਗ ਦਾ ਮਹਿਕਮਾ ਵੀ ਉਹਨਾਂ ਕੋਲ ਆ, ਟੂਰਿਜ਼ਮ ਦਾ ਮਹਿਕਮਾ ਵੀ ਉਹਨਾਂ ਕੋਲ ਆ, ਅਤੇ ਜੇਲ੍ਹਾਂ ਵੀ ਉਹਨਾਂ ਕੋਲ ਨੇ। ਸੋ ਇਹ ਤਿੰਨੇ ਮਹਿਕਮੇ ਬੜੇ ਜ਼ਿੰਮੇਵਾਰੀ ਵਾਲੇ ਮਹਿਕਮੇ ਨੇ। ਸੋ ਜਵਾਨ ਉਮਰ ਆ ਅਤੇ 31 ਸਾਲ ਦੀ ਉਮਰ ਹੈ, ਅਤੇ ਦੇਖਦੇ ਹਾਂ ਇਹਨਾਂ 'ਚ ਕੀ ਵਿਜ਼ਨ ਹੈਗਾ। ਅਤੇ ਹਰਜੋਤ ਬੈਂਸ ਜੀ ਤੋਂ ਅਸੀਂ ਥੋੜ੍ਹਾ ਜਿਹਾ ਸਮਾਂ ਮੰਗਿਆ, ਸਾਡੇ ਵਿੱਚ ਮੌਜੂਦ ਨੇ, ਸਭ ਤੋਂ ਪਹਿਲਾਂ ਅਸੀਂ ਵੈਲਕਮ ਕਰਾਂਗੇ। ਹਰਜੋਤ ਜੀ, ਸਾਡਾ ਬਹੁਤ ਬਹੁਤ ਸਵਾਗਤ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ ਅਜੀਤ ਵੈਬ TV ਦਾ ਅਤੇ ਸਾਰੇ ਹੀ ਮੀਡੀਆ ਦਾ ਅਤੇ ਅਜੀਤ ਦਾ, ਬਹੁਤ ਅਦਾਰੇ ਦਾ ਬਹੁਤ ਧੰਨਵਾਦ, ਬਹੁਤ ਯੋਗਦਾਨ ਰਿਹਾ ਜੀ। ਸੋ ਅੱਜ ਅਸੀਂ ਸਭ ਤੋਂ ਪਹਿਲਾਂ, ਜਿੰਨਾ ਟਾਈਮ ਤੁਸੀਂ ਸਾਨੂੰ ਦਿੱਤਾ, ਅਸੀਂ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਇੱਕ ਮਹਿਕਮੇ ਤੋਂ ਸਟਾਰਟ ਕਰਾਂਗੇ ਕਿ ਜਿਹੜਾ ਮਾਈਨਿੰਗ ਦਾ ਮਹਿਕਮਾ ਹੈ ਉਹ ਤੁਹਾਡੇ ਕੋਲ ਹੈ, ਅਤੇ ਮਾਈਨਿੰਗ ਦੀ ਪੋਲਿਸੀ ਬਾਰੇ ਸਾਨੂੰ ਥੋੜ੍ਹਾ ਦੱਸ ਦਿਓ ਕਿ ਰੋਪੜ ਵੀ ਬੜਾ ਬਦਨਾਮ ਰਿਹਾ ਪਿਛਲੇ ਸਮੇਂ ਦੌਰਾਨ ਮਾਈਨਿੰਗ ਨੂੰ ਲੈ ਕੇ, ਤੋ ਇਹ ਤੋਂ ਇਲਾਵਾ ਪਠਾਨਕੋਟ ਜਾਂ ਹੋਰ ਥਾਵਾਂ ਵੀ ਨੇ, ਪਰ ਖਾਸ ਕਰਕੇ ਜਿਹੜੀ ਇਹ ਮਾਈਨਿੰਗ 'ਚ ਤੁਸੀਂ ਜਿਹੜਾ ਨਵਾਂ ਬਦਲਾਅ ਹੈ, ਜਿੱਥੋਂ ਖਾਸ ਕਰਕੇ ਤੁਹਾਡੀ ਚੋਣ ਪ੍ਰਚਾਰ 'ਚ ਵੀ ਕਿਹਾ ਗਿਆ ਸੀ ਕਿ ਬਹੁਤ ਜਿਹੜਾ ਇਨਕਮ ਇੱਥੋਂ ਜਨਰੇਟ ਹੋ ਸਕਦੀ ਹੈ, ਕੀ ਪੋਲਿਸੀ ਔਰ ਕਦੋਂ ਆ ਰਹੀ ਹੈ? ਅਸੀਂ ਉੱਤੇ ਦਿਨ ਰਾਤ ਮਿਹਨਤ ਕਰ ਰਹੇ ਹਾਂ ਜੀ, ਕਿਉਂਕਿ ਪਿਛਲੀ ਸਰਕਾਰਾਂ ਨੇ ਜਿਹੜਾ ਹੈ ਪੰਜਾਬ ਦੀ ਖਦਾਨਾਂ ਨੂੰ, ਪੰਜਾਬ ਦੀਆਂ ਖੱਡਾਂ ਨੂੰ, ਜਿਹਨੂੰ ਕਹਿ ਸਕਦੇ ਹਾਂ ਸਿਰਫ ਆਪਣੀ ਸਹੂਲਤਾਂ ਦੇ ਨਾਲ ਅਨੁਸਾਰ ਮੋਟੀ ਰਿਸ਼ਵਤਾਂ ਲੈ ਕੇ ਜਾਂ ਆਪਣੇ MLA ਆਪਣੇ ਮੰਤਰੀਆਂ ਨੂੰ ਦੇ ਦਿੱਤੀਆਂ ਖੁਸ਼ ਕੇ ਉਹਨਾਂ ਨੂੰ ਤੁਸੀਂ ਫੀਡ ਕਰੀ ਜਾਓ, ਉਹ ਸਮਝੌਤਾ ਕਰ ਚੁੱਕੇ ਅਤੇ ਉਹ ਸਮਝੌਤਾ ਅਗਲੇ ਸਾਲ ਤੱਕ ਹੈਗਾ, 19 ਮਾਰਚ 2023 ਤੱਕ। ਅਤੇ ਉਹ ਜਦੋਂ ਅਸੀਂ ਉਹਨਾਂ ਸਮਝੌਤਿਆਂ ਦੀ ਖੰਗਾਲ ਚੱਲ ਰਹੀ ਹੈ, ਉਹਨਾਂ ਸਮਝੌਤਿਆਂ ਦੇ ਦੇਖਿਆ ਗਿਆ, ਮੈਂ ਸਮਝਦਾ ਜੇਕਰ ਕਿਸੇ ਨੂੰ ਕੋਈ ਬੰਦੇ ਨੇ ਆਪਣਾ
मकान भी जो किराए पर देना हो फिर भी ज़्यादा शर्त रखेगा खुला जिन्हें कह सकते भी जिते मर्जी लुटो तो हो भी ता ही इस करके जोड़ा है वो लुट मची हुई सी हूँ जी साढ़े वालों स्ट्रिक्ट इंस्ट्रक्शन दिखाई गई सारे डिप्टी कमिश्नर से एस एस पीस उन्होंने डीमार्केशन की जाए जिड़िया साइटा ने तो उन्होंने डीमार्केशन की जाए तो एकदम ही जोड़ा फिलहाल जी इलीगल माइनिंग चल रही थी उसनू नत्थ पाई जाए तो जी लीगल माइनिंग है जो सरकार ने दिती खड़ा उतों माइनिंग हो सके क्रशर इंडस्ट्री में सस्ते रेट से रॉ मटीरियल मिले तो लोगों जोड़ा है सही भाव के उत्ते रेता बजरी मिले तो पंजाब सरकार को खजाना। अच्छा मैं थोड़ा जहाँ ये पूछना चाहता है कि थानू मोटे मोटे जे कि लूपहोल लगे जिदे जे पिछली सरकार के जिन्हें तुम दोष ला रहे हो कि उन्होंने ये लूपहोल रखे हुए से अपने सुविधा मुताबक। देखो जी उदी इंप्लीमेंटेशन नहीं हुई जड़िया शर्त जड़िया हिदायत हाई कोर्ट वालों या जड़िया लाइया गई उनकी कोई इंप्लीमेंटेशन ग्राउंड नहीं सिर्फ एक खाना पूर्ति करके शो कर दिता कि इन्नी असी लीगल माइनिंग करते हैं पर असल दे विच सब इलीगल माइनिंग हो रही है पंजाब की जिनी रिक्वायरमेंट वो इलीगल माइनिंग माफिया फीड कर रहा सारे अफसरों पता सारे डिप्टी कमिश्नर पता सारे सरेआम गुंडा परची ले जाती सी तो यह सारा कुछ सबनों पता तो यही लूपहोल से उन्होंने साड़ी कोशिश ये है जी जी असी पॉलिसी जिहड़ा असी फ्रेमवर्क बना रहे हो दो चीज़ों पर आधारित होगा उहदे दो मुख्य बिंदू पहला ये कि लोगों को सस्ती रेता बजरी मिलनी चाहिए है तो मिलती रहनी चाहिए है दूजा ये है जी कि पंजाब सरकार दे कोल खजाना आना चाहिए जिहड़ा ये माफिए दे कोल लीडर दे कोल तो ये मैं ये गुस्सा करने वाली गल नहीं कोई भी बाहर नहीं पिंडां दे सरपंचां तो लैके मीडिया वाले भी लेंदे सी जित्या एम एल ए हारे एम एल ए जिहदा जिन्ना वाह पैंदा यानी मंत्री मुख्यमंत्री जिहदा जिन्ना वाह पैंदा सी सबने हथ रंगे पर सब ना हथ रंगे हुए सी जी उहदे विच उह सारयां दी हुण छुट्टी करके उह सीधा पैसा पंजाब सरकार दे खजाने च आना चाहिए साधी प्राथमिकता ते लोकां नूं रेता बजरी मिलदा रहना चाहिए सही रेट से मिले जी। अच्छा एक सवाल इहदे चों पैदा हुंदा है कि एक तो आपां ने इनकम भी जनरेट करनी है सूबे नूं इहदी आमदन आवे वध तों वध रेता जिहड़ा सस्ता भी होवे इह किवें पॉसिबल आ भी सस्ता भी होवे ते पैसा भी अज जिहड़ा है पंजाब दे विच टिप्पर 40,000 रुपए तो लैके 60,000 रुपए तक मिल रहे हैं जी इहदा मतलब बहुत महंगा मिल रहा तो वह जिहड़ा है हुण पिछली जो नहीं उस पिछली पॉलिसी जिहड़ी आखिरी अमेंडमेंट हुई है वो ये कहती है चरणजीत चन्नी ने करता कि 5.5 रुपए मिलेगा जो 5.5 रुपए कभी भी नहीं मिले जो मुख्यमंत्री कभी भी नहीं मिले उदों भी वो 30,000 रुपए में बिकता से जबकि इस भाव नाल तो 5,500 रुपए बिकना चाहिए सगा हूँ साडा यह है कि एक जेन्युइन पॉलिसी बना के वो जो बिच वाला जब तक वो तंत्र शंत्र असं नहीं कटांगे तो उन्होंने भी यकीन दवाना पैना जिहड़े इस इंडस्ट्री नाल लोग है भी ना थोड़े तो कोई एम एल ए पैसे मंगूगा ना जितया ना हारे जे कोई भी बंदा थोड़े तो पैसे मंगो सानू दसो कोई एस एस पी कोई एस एच ओ तुसीं सानू दसो या साडा कोई मंत्री साडा कोई एम एल ए भगवंत मान जी ने एक्शन हैल्पलाइन जी जारी की है तुम दसो किसी पैसा नहीं खान देंगे वो अपना काम करन जो जायज़ लागत है वह काम करन सरकार नू रेवेन्यू आवे तो एक जायज़ रेट के उत्ते रेता लोगों को अपने मिल जूगा जी। अच्छा जिहड़े पिंडां वाले सी मेरा ये माइनिंग नू लैके थोड़ा लास्ट ही सवाल है कि पिंडां वालियां नू भी गुंडा परची वाले रोकते सी उन्होंने अपने आप की सुविधा वास्ते जे कोई ट्राली भी लैनी सी उन्होंने तो भी परची कट्टी जाती सी क्या जिहड़े लोकल लोग आ जिहड़े दरिया के कंढे या नहर के कंढे नदी के कंढे रहिंदे आ उन्हां नू कोई इदां दी फैसिलिटी होएगी भी अपने घर वास्ते उहदे बारे विचार कर रहे जो साडे पूरे उह साडे ध्यान च साडे असीं उहदे ते पूरा विचार कर रहे हैं जी। अच्छा पॉलिसी किन्नी देर तक आउण दी संभावना देखो वड्डी पॉलिसी नूं टाइम लग सकता पर जिहनूं कहिंदे अमेंडेड पॉलिसी असीं बहुत जल्दी लियावांगे हफ्ता 10 दिन 15 दिन क्योंकि क्रैशरां कोल भी थोड़ा समान आ क्योंकि जिहड़े विकास दे काम आ उह भी तां ही चलणे आ बिल्कुल बहुत दिन रात उत्ते लगे होए आ जी ते जल्दी तुहानूं असर मिलेगा मतलब इमीजिएट कोई होर पॉलिसी आ सकदी जिहड़ी मेन पॉलिसी तों पहलां। सो इस तों बाद हुण आपां गल करिए टूरिज़म दी टूरिज़म भी एक वड्डा महकमा है तो पंजाब विच बड़े सोमे ने असी भी पिछले समय दौरान कुछ स्टोरियां फ्लोट कीतियां सी कि रोपड़ जिले विच भी सतलुज दरिया है होर दरिया भी ने ते खास करके रिलीजियस बेस ते देखिए आपां अमृतसर है आनंदपुर साहब है आनंदपुर साहब खालसा दी धरती है जिथे जन्म होया सो इन्हां चीज़ां नूं जोड़ के कोई इदां दा प्लान तैयार किया जा रहा टूरिज़म पॉलिसी का जी। टूरिज़म मेरे दिल के बहुत करीब जुड़िया हुआ एक विशा सीगा मैं नंगल नूं ते अपनी धरती नूं चमकाना चाहुंदा सी हुण तां पूरे पंजाब नूं ही चमकाउण दी जिम्मेदारी परमात्मा ने बख्शी है गुरु साहब ने बख्शी है ते मैं अजीत दी स्टोरी भी पढ़ी है जिहड़ी तुसीं पिछले कुछ दिनों पहलां कीती सी पूरा एक प्लैन ते एक पता की है एग्जीक्यूशन चाहीदी है तां तुहानूं दुनिया दे बेस्ट दिमाग लैके आने पैणे है ते असीं वधिया एजेंसीज नूं हायर करांगे ते जिहड़ा पंजाब नूं चमका सकन तां कि पंजाब दा जिहड़ा एक मॉडल है देश दी दुनिया विच वो एक वक्खरी पहचान वाला साडे कोल सारा कुछ है साडे कोल
कुदरती सौमे ने साडे कोल इतिहास है, साडे कोल जिहड़ा साडा सभ्याचार है जिहड़ा किते वी नहीं मिलदा वह है। मैं तो कोई मैंने पूछ रहा जी पंजाब च कि मैं कि पंजाब का तो हर पिंड हर कोना ही टूरिस्ट प्लेस है, पंजाब इन्ना खूबसूरत है साडा हर पिंड टूरिस्ट प्लेस है। असी अपने पिंडां दे विच रूरल टूरिज़म शुरू करांगे, एक नवा कंसैप्ट अजकल मैं देखदा जिहड़े वड्डे शहरां दे लोक सुकून पालन जांदे आ पहाड़ां दे उत्ते, उन्हां दा कि दूर दूर कितने दूर जाओ जी उत्थे महंगे महंगे रिजॉर्ट बन गए, वह 20-30 हज़ार रुपया एक रात का किराया लैंदे। असी कहांगे आओ साडे पिंडां च रहो, पिंड की जिंदगी जिओ नाले 3 दिन, और रूरल टूरिज्म उन्हूं असी पूरे देश प्रमोट करांगे। उहदे नाल की पिंड दे विच रोज़गार बदलेंगे, पिंडां दी जिहड़ी इकोनमी है वह बदूगी। एडा ही डेस्टिनेशन वैडिंग का एक कंसैप्ट जिहड़ा नवा शुरू होया, लोग कहिंदे जी अपने असी नहीं बाहर जाके विआह कराउणा, इत्थे वह गोवा च बहुत चलता, राजस्थान च बहुत चलता, साडे पंजाब च क्यों नहीं चल सकता कि पंजाबी कल्चर च भी पंजाबी कल्चर च होवे, पंजाबी सभ्याचार च विआह होण। वह इदां दे असी 50 पिंड पहलां शुरुआती तौर पर पायलट प्रोजैक्ट की तैयारी चल रही है, दिन रात असी इन्हां चीज़ां दे उत्ते वर्कआउट कर रहे हैं, वो साडे ध्यान च है ते उह करांगे। अच्छा, एक हिमाचल च जिहड़े टूरिस्ट बहुत जाते हैं पंजाब चो निकल के जाते, खास करके रोपड़ जिला, इत्थे भी पहाड़ ने, नदियां ने, दरिया है, तो इस तरह पठानकोट वल भी अपना बहुत बड़ा पहाड़ का एरिया है। इत्थे जिहड़ा हिमाचल च टूरिज्म उन्होंने डिवेलप किया है, क्या इस इलाके च किया जा सकता? बिल्कुल जी, जिहड़ी तुसी गल की बिल्कुल सही गल है, पंजाब चो रोज़ाना हज़ारां की गिनती च टूरिज्म उत्ते हिमाचल चले जाते, ब्रेक भी नहीं मारते, चाहे रोपड़ होवे चाहे पठानकोट होवे। जिवें पठानकोट साडे कोल धार है, वो जरा धार आखिरी सब तहसील, वो इन्नी खूबसूरत है पर उत्थे कोई रुकता भी है नहीं। हुण साडे इत्थे सीधे ही वाया कीरतपुर साहब उत्ते निकल जाते या फिर सीधे धर्मशाला चले जाते वाया नंगल, पर उत्थे जे अगर उन्होंने कारण वो अपनी जगह सही है, उन्होंने कोई है ही नहीं जगह, इदां दे प्लेसिस ही है नहीं, जे होणगियां तां उन्हां नूं पब्लिसाइज करना पैणा, उन्हां नूं मार्केटाइज करना पैणा, उत्थे साफ सुथरे सानूं वॉशरूम चाहिए ने, उत्थे सानूं खाण पीण दे इदारे चाहिए ताकि उन्होंने लगे कि इत्थे रुकण, वह सब कुछ करांगे, वो सब कुछ करांगे। शुरुआती तौर पर साडी कोशिश यह होगी पहलां उन्होंने किसी ना किसी तरीके 2 घंटे की ब्रेक लाजमी मरवाई जाए भी साडे एरिए नूं एक्सप्लोर कर सकन कि हाँ जो भी जाना था एक स्टॉप होवे, तो हौली 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 यह आदत पाई जाए कि जी एक रात का स्टे है वह पहाड़ चढ़न तो पहला हिमाचल जाते पहले इतने करके जा, अज वो अज भी करते अज चंडीगढ़ करते हैं, बस उन्होंने थोड़ा जहा शिफ्ट करके अगे अगे लगे। अच्छा, एक असं घाट देखिए टूरिज्म च कि पंजाब भावें वो साड़िया धार्मिक थावान ने, भावें कोई साढ़े जोड़े रेस्टोरेंट आ या होटल्स ने, इन्हों का कोई कई जो एक किताबचा कहने आपी या बुकलैट कह दें, वो इदा का फ्रेम नहीं है कित भी किया हो, कोई बुकलैट है नहीं इदा दी कि थान पंजाब देखने वाली आ रोकण वाली आ जिद पंजाब का सभ्याचार भी देखा जाए। कली बुकलैट नहीं जी, समा बहुत अगे निकल जा चुकिया, मैं अपने डिपार्टमेंट में कह दिता यूट्यूब चैनल, इंस्टाग्राम, फेसबुक, सोशल मीडिया का समय, बुकलैट भी छावा जोड़े पुराने साडे बजुर्ग कि जिन्होंने किताबों प्यार, वो किताबों तो पढ़ के जो तसली मिलती है वो कभी भी नहीं मिलती, वो भी छपावे, तो उन्हें एडवरटाइजमेंट करना, वो ब्रांड एंबेसडर लैके आना, हर जिले का कोई ब्रांड एंबेसडर हो, हर टूरिस्ट स्पॉट का कोई ब्रांड एंबेसडर हो, तो सारा कुछ चल रहा, बड़ा प्रोजेक्ट है, इसी करके इन पूरा एक मैनेजमेंट वाली टीम असी वर्कआउट कर रहे हैं, तो बहुत जल्दी उत्ते दस। मैं देखा से जो गुजरात का टूरिज्म डिवेलप करना से उन्होंने अमिताभ बच्चन अंबैसडर बनाया, तो इदा का भी है थोड़े, मैं दस रहा हूँ इन्होंने प्लैनों के उत्ते काम हो रहा कि पंजाब की इमेज पूरे देश से दुनिया से, क्योंकि सानू तो उन्होंने तो बहुत दम लाना पंजाबी तो उदा ही मशहूर ने, पर सानू दसना है कि पंजाब के कोल आ वे जिगरे के नाल नाल खूबसूरत चीज़ा भी है। अच्छा, हुण आपां टूरिज्म तो बाद आउंदे तुहाडा जेल महकमा, जेल दी जिहड़ी कल तुसीं दौरा भी कीता, जेलां अजकल बड़ियां बदनाम ने जिन्हां च नशा भी चलदा है, तो गैंगस्टर बारे भी कहा जाता है कि उत्थों फोन ते फरौतियां मंगियां जांदियां जां कतल दे मामले भी सामने कीते आ, पुलिस ने कीते आ, सो इहदे लई की उपाय हो रहे आ, की पॉलिसी बन रही? देखो जी बिल्कुल सही गल है, मैं तो समझता सब तो क्रिटिकल महकमा पंजाब दे लॉ एंड ऑर्डर के लिए, जो तुम पंजाब लॉ एंड ऑर्डर सही करना तुम जेलां दुरुस्त करनिया पैनिया। बड़ी मंदभागी वाली गल है कि हाल ही के जिने वे जुर्म हुए ने या जिनी वड्डिया कॉन्सपिरेसीज हुई ने उन्हां दी जे तुसी खंगाल करो या इन्वेस्टिगेशन हो तो वह तार कितने ना कि जाके जेल तो जुड़ता, तो बड़ी वड्डी गल है, तो गाने चल पे, देखो गाने आए जेलों चो फोन आएंगे, जेलों तो फरौतियां मंगिया जाए, ये सारा कुछ सुधारना पैना। तो इसी करके जो मैं कल गया तो मैं उत्थे बाहर आके जो मैं वीडियो में क्या भी हूँ जेलों चो फोन नहीं, हूँ जेलों चो सुकून आया करूँगा, थानू एन जेल मतलब जेल है, उत्थे बैठ के कोई भी गलत काम उत्थों ऑपरेट नहीं होगा, ये तो एक सेफ हैवन बन गया गैंगस्टरां लई, उहनूं असीं खत्म करांगे। उहदे लई भी असीं साडी जिहड़ी चुकले असीं जे हुण केजरीवाल साहब ने मेरे मुख्यमंत्री
ਭਗਵੰਤ ਮਾਨ ਸਾਹਿਬ ਨੇ ਅਤੇ ਪੰਜਾਬੀਆਂ ਨੇ ਜੇਕਰ ਨੌਜਵਾਨਾਂ 'ਤੇ ਭਰੋਸਾ ਕੀਤਾ ਤਾਂ ਸਾਡੇ ਫਰਜ਼ ਬਣਦਾ ਸੀ ਬੈਸਟ ਟੈਕਨੋਲੋਜੀ ਲੈ ਕੇ ਆਈਏ ਜਿਹੜੀ ਐਡਵਾਂਸ ਟੂ ਐਡਵਾਂਸ ਹੋਵੇ ਅਤੇ ਅਸੀਂ ਉਸ ਟੈਕਨੋਲੋਜੀ ਦੇ ਰਾਹੀਂ ਇਹ ਸਾਰਾ ਤੰਤਰ ਤੋੜਾਂਗੇ। ਅੱਛਾ, ਅਸੀਂ ਛੋਟੇ ਹੁੰਦੇ ਦੇਖਦੇ ਹੁੰਦੇ ਸੀ ਕਿ ਜਿਹੜੇ ਜੇਲ੍ਹਾਂ 'ਚੋਂ ਕਿਸੇ ਨੂੰ ਉਮਰ ਕੈਦ ਹੋ ਜਾਂਦੀ ਸੀ 10 ਸਾਲ 20 ਸਾਲ ਤਾਂ ਉਹ ਉੱਥੋਂ ਜਾਂ ਤਾਂ ਲਾਂਗਰੀ ਬਣ ਕੇ ਨਿਕਲਦਾ ਸੀ ਜਾਂ ਦਰਜੀ ਬਣ ਕੇ ਨਿਕਲਦਾ, ਉਹਨੂੰ ਕੁਛ ਨਾ ਕੁਛ ਹੁਨਰ ਆ ਜਾਂਦਾ ਸੀ, ਕੁਛ ਨਾ ਕੁਛ ਸਿੱਖ ਕੇ ਆਉਂਦਾ ਸੀ। ਇੱਦਾਂ ਦੇ ਉਪਰਾਲੇ ਅੱਜ ਕੱਲ੍ਹ ਇਹ ਗੈਬ ਲੱਗਦੇ ਨੇ ਵੀ ਜੇਲ੍ਹਾਂ ਵਿੱਚ ਜਿਵੇਂ ਇਹ ਕਨਸੈਪਟ ਹੀ ਖਤਮ ਹੋ ਗਿਆ ਵੀ ਕਿਸੇ ਨੂੰ ਕੋਈ ਹੁਨਰਮੰਦ ਆਪਾਂ ਬਣਾ ਸਕਦੇ ਹਾਂ ਜਿਹੜਾ ਕੋਈ ਲੰਬੀ ਕੈਦ ਕੱਟ ਰਿਹਾ। ਦੇਖੋ ਜੀ, ਘੱਟ ਹੈ, ਪਰ ਮੈਂ ਹੁਣ ਜਿਵੇਂ ਕੱਲ੍ਹ ਪਟਿਆਲੇ ਗਿਆ, ਮੈਂ ਦੇਖਿਆ ਉੱਥੇ ਸਾਡੇ ਕੋਲ ਭੰਗੜਾ ਟੀਮ ਵੀ ਹੈ, ਉੱਥੇ ਕੁਛ ਗਾਇਕ ਰਿਆਜ਼ ਵੀ ਕਰ ਰਹੇ ਸੀ, ਪੇਂਟਰ ਨੇ ਉਹ ਹੀ ਅੰਦਰ ਕੰਮ ਕਰ ਰਹੇ ਨੇ, ਬਿਊਟੀਫਿਕੇਸ਼ਨ ਦਾ ਕੰਮ ਕਰ ਰਹੇ ਨੇ। ਪਰ ਗੱਲ ਹੈ ਕਿ ਉਹਨਾਂ ਚੀਜ਼ਾਂ ਨੂੰ ਜਦੋਂ ਤੁਹਾਨੂੰ ਜਦੋਂ ਇੱਕ ਚੀਜ਼ ਤੁਹਾਡੀ ਬਦਨਾਮ ਹੀ ਹੋ ਜਾਵੇ, ਚਲੋ ਜੇਲ੍ਹਾਂ 'ਚੋਂ ਸਿਰਫ ਹੁਣ ਸੁਧਾਰ ਘਰ ਦੀ ਬਜਾਏ ਕੁਛ ਹੋਰ ਹੀ ਬਣ ਗਿਆ, ਸਮਝ ਗਏ ਨਹੀਂ, ਹੁਣ ਤਾਂ ਉਹ ਇੱਕ ਉੱਥੋਂ ਤਾਂ ਮਾਫੀਆ ਘਰ ਬਣ ਗਿਆ। ਫਿਰ ਉਹ ਚੰਗੀਆਂ ਖਬਰਾਂ ਬਾਹਰ ਆਉਣਗੀਆਂ ਨਹੀਂ, ਜਦੋਂ ਮਾੜੀਆਂ ਬੰਦ ਹੋ ਗਈਆਂ ਫਿਰ ਉੱਥੋਂ ਚੰਗੀਆਂ ਸਟੋਰੀਆਂ ਆਉਣਗੀਆਂ ਕਿ ਉੱਥੇ ਕਿ ਜੀ ਕੋਈ ਲੇਖਕ ਨੇ ਕਿਤਾਬ ਲਿਖੀ ਹੈ, ਕੋਈ ਬਹੁਤ ਸ਼ਾਨਦਾਰ ਗਾਇਕ ਬਣ ਗਿਆ, ਉਹ ਚੀਜ਼ਾਂ ਕੋਈ ਬਹੁਤ ਸ਼ਾਨਦਾਰ ਚਿੱਤਰਕਾਰੀ ਕਰਨ ਲੱਗ ਗਿਆ, ਉਹ ਚੀਜ਼ਾਂ ਤਾਂ ਬਾਹਰ ਆਉਣਗੀਆਂ ਜਦੋਂ ਸਾਡਾ ਇਹ ਜਿਹੜਾ ਇਹ ਫੋਨ ਵਾਲਾ ਸਿਸਟਮ ਟੁੱਟੂਗਾ। ਅੱਜ ਤਾਂ ਉਹ ਜਿਹੜਾ ਹੈ ਇਹਨੂੰ ਪਹਿਲਾਂ ਬਦਨਾਮੀ ਨੂੰ ਰੋਕਣਾ ਪੈਣਾ, ਫਿਰ ਆਪਣੇ ਆਪ ਚੰਗੇ ਕੰਮ ਆਪਣੇ ਬਾਹਰ ਆ ਜਾਣਗੇ। ਕਿ ਹੁਣ ਚੰਗੇ ਕੰਮ ਦੱਬ ਜਾਂਦੇ ਹੈਗੇ ਆ, ਬਹੁਤ ਚੰਗੇ ਹੁਨਰ ਹੈ ਸਾਡੇ ਕਈ ਜੇਲ੍ਹ ਮਹਿਕਮੇ ਦੇ, ਮੈਂ ਮਿਲਿਆ ਸਰਾਂ ਨੂੰ, ਬਹੁਤ ਚੰਗੀ ਟੀਮ ਹੈ ਸਾਡੇ ਕੋਲ, ਉਹਨਾਂ ਦਾ ਵੀ ਜਦੋਂ ਮੈਂ ਮਿਲਿਆ ਤਾਂ ਉਹਨੇ ਮੈਨੂੰ ਇਹ ਦੱਸਿਆ ਜੀ, ਕਹਿੰਦੇ ਅੱਜ ਤੱਕ ਸਾਡੇ ਤੋਂ ਗੱਲ ਕੋਈ ਧਿਆਨ ਨਹੀਂ ਦਿੱਤਾ ਗਿਆ, ਵੀ ਸਾਡੀਆਂ ਡਿਮਾਂਡਾਂ ਦੇ ਉੱਤੇ ਸਾਨੂੰ ਕਦੀ ਪੁੱਛਿਆ ਨਹੀਂ ਗਿਆ ਕਿ ਸਾਨੂੰ ਕੀ ਚਾਹੀਦਾ ਜੀ, ਬਸ ਕਿਵੇਂ ਕਰਾਂਗੇ। ਤਾਂ ਉਹਨਾਂ ਦੀ ਵੀ ਸਾਨੂੰ ਪਹਿਲਾਂ ਡਿਮਾਂਡਾਂ ਪੂਰੀਆਂ ਕਰਨੀਆਂ ਬਣੀਆਂ, ਤਾਂ ਹੀ ਫਿਰ ਕੁਛ ਹੋ ਸਕਦਾ। ਅੱਛਾ, ਇੱਕ ਪਿਛਲੇ ਸਮੇਂ ਦੌਰਾਨ 5 ਆਪਾਂ ਨੇ ਰਾਜ ਸਭਾ ਮੈਂਬਰ ਬਣਾਏ ਆ, ਉਹਦੇ ਲਈ ਵੀ ਆਪਣੀ ਪਾਰਟੀ ਨੂੰ ਕਾਫੀ ਵਿਰੋਧ ਝੱਲਣਾ ਪਿਆ, ਦੂਜੀਆਂ ਪਾਰਟੀਆਂ ਨੇ ਬੜੇ ਸਵਾਲ ਖੜੇ ਕੀਤੇ ਨੇ, ਇਹ ਤੁਹਾਨੂੰ ਲੱਗਦਾ ਵੀ ਪੰਜਾਬ ਦੇ ਹੀ ਜਿਹੜੇ ਮੈਂਬਰ ਸੀ ਇੱਥੋਂ ਦੀਆਂ ਸ਼ਖਸੀਅਤਾਂ ਉਹਨਾਂ ਨੂੰ ਰਾਜ ਸਭਾ ਮੈਂਬਰ ਬਣਾ ਦੇਣਾ ਚਾਹੀਦਾ? ਜਿਨ੍ਹਾਂ ਨੂੰ ਵੀ ਭੇਜਿਆ ਗਿਆ, ਖਾਸ ਕਰਕੇ ਜਿਹੜੇ ਦੋ ਨਾਮਾਂ 'ਤੇ ਸਵਾਲ ਉੱਠ ਰਹੇ, ਰਾਘਵ ਚੱਡਾ ਅਤੇ ਸੰਦੀਪ ਪਾਠਕ, ਮੈਂ ਦੋਨੋਂ ਬਾਰੇ ਕਹੂੰਗਾ, ਦੋਨਾਂ ਨਾਲ ਮੈਂ ਨਿੱਜੀ ਤੌਰ 'ਤੇ ਕੰਮ ਕੀਤਾ, ਦੋਨੋਂ ਰਾਜ ਸਭਾ ਦੀ ਸ਼ਾਨ ਬਣਨਗੇ। ਦੇਖੋ, ਪੰਜਾਬ ਦੇ ਲਈ ਤੁਹਾਡੇ ਕੋਲ ਪੰਜਾਬ ਦੀ ਵਿਧਾਨ ਸਭਾ, ਲੋਕ ਸਭਾ, ਰਾਜ ਸਭਾ ਜਿਹਨੂੰ ਹਾਊਸ ਆਫ ਐਲਡਰਸ ਕਹਿੰਦੇ ਆ, ਉਹ ਦੇਸ਼ ਅਤੇ ਦੁਨੀਆ ਦੀ ਗੱਲ ਹੁੰਦੀ ਆ ਉੱਥੇ। ਅਤੇ ਅਸੀਂ ਇੱਕ ਸ਼ਖਸ ਨੂੰ ਉਹਨੂੰ ਭੇਜਿਆ, ਰਾਘਵ ਚੱਡਾ, ਜੋ ਲੰਡਨ ਸਕੂਲ ਆਫ ਇਕਨੋਮਿਕਸ ਤੋਂ CA ਕਰਕੇ ਆਇਆ, ਜੋ ਦੇਸ਼ ਦੇ ਬੈਸਟ ਬੁਲਾਰਿਆਂ 'ਚ ਹੈ, ਜਿਨ ਆਮ ਆਦਮੀ ਪਾਰਟੀ ਦੀ ਛਵੀ ਨੂੰ ਜਾਣੀ ਦੱਸਿਆ ਕਿ ਹਾਂ ਨੌਜਵਾਨ ਆ ਸਕਦੇ ਆ। ਦੂਜੇ ਸੰਦੀਪ ਪਾਠਕ ਹੈ, ਉਹ ਡਾਕਟਰੇਟ ਨੇ ਕੈਂਬਰਿਜ ਤੋਂ ਫਿਜ਼ਿਕਸ ਦੇ ਵਿੱਚ, ਯਾਨੀ ਕਮਾਲ ਦੇ, ਯਾਨੀ ਮੈਂ ਆਪ ਐਸਾ, ਇੱਦਾਂ ਦੇ ਸ਼ਖਸ ਜਦੋਂ ਰਾਜ ਸਭਾ ਜਾਣਗੇ ਤਾਂ ਉਹ ਪੰਜਾਬ ਦਾ ਵੀ ਮਾਨ ਵੱਧਦਾ, ਅਤੇ ਮੈਂ ਸਮਝਦਾ ਉਹ ਆਮ ਆਦਮੀ ਪਾਰਟੀ ਦਾ ਵੀ, ਆਮ ਆਦਮੀ ਪਾਰਟੀ ਦਾ ਵੀ ਮਾਨ ਵੱਧਦਾ। ਅੱਛਾ, ਇੱਕ ਦੂਜਾ ਮੈਨੂੰ ਇਹ ਦੱਸਿਓ ਵੀ ਜਿਹੜਾ ਇਹ ਤਾਂ ਤੁਸੀਂ ਦੱਸਤਾ ਵੀ ਬਣਨੇ ਚਾਹੀਦੇ ਸੀ, ਇੱਕ ਅੱਜ ਲੋਕਲ ਰੋਪੜ ਦਾ ਮੁੱਦਾ ਬੜਾ ਹਾਈਲਾਈਟ ਹੋਇਆ ਕਿ ਇੱਕ ਸਕੂਲ ਸੀ ਪਾਵਰ ਕਲੋਨੀ ਦਾ, ਉਹ ਸਕੂਲ ਨਿਲਾਮੀ 'ਤੇ ਲਾਤਾ, ਇਹ ਤਾਂ ਪਹਿਲਾਂ ਤੁਹਾਡੀ ਪਾਰਟੀ ਦੇ MLA ਬਣੇ ਜਿਹੜੇ ਦਿਨੇਸ਼ ਚੱਡਾ, ਉਹ ਵੀ ਇਹਨੂੰ ਮੁੱਦਾ ਬਣਾਉਂਦੇ ਰਹੇ ਨੇ ਵੀ ਇਹ ਨਹੀਂ ਸਕੂਲ ਜਾਣਾ ਚਾਹੀਦਾ ਇੱਥੋਂ, ਅਤੇ ਉਹ ਨਿਲਾਮੀ 'ਤੇ ਲਾਤਾ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਦੇਖੋ ਜੀ, ਮੈਨੂੰ ਹੁਣੇ ਮੀਡੀਆ ਦੇ ਰਾਹੀਂ ਮੁੱਦਾ ਮੇਰੇ ਧਿਆਨ 'ਚ ਆਇਆ, ਅਤੇ ਮੈਂ ਜਿੱਦਾਂ ਪਤਾ ਕਰਾਇਆ, ਇਹ ਪੁਰਾਣੀ ਸਰਕਾਰ, ਉਹ ਸਕੂਲ 6 ਮਹੀਨੇ ਪਹਿਲਾਂ ਬੰਦ ਹੋ ਗਿਆ ਸੀਗਾ, ਉਹ ਇੱਕ ਪਾਵਰ ਕਲੋਨੀ ਹੈ, ਉਹਨੂੰ ਇਹਨੇ ਫੈਸਲਾ ਕਰਕੇ ਉਹ ਜਿਹੜੀ ਜ਼ਮੀਨ ਆ ਪੁੱਡਾ ਨੂੰ ਦੇ ਦਿੱਤੀ, ਉੱਥੇ ਅਰਬਨ ਡਿਵੈਲਪਮੈਂਟ ਹੋਣੀ, ਉੱਥੇ ਯਾਨੀ ਕਲੋਨੀ ਬਣੂਗੀ, ਉਹਨੂੰ ਆਮ ਪੰਜਾਬੀ ਭਾਸ਼ਾ 'ਚ ਇਹ ਕਹੀਏ। ਅਤੇ ਹੁਣ ਇਹ ਪੁਰਾਣੀ ਸਰਕਾਰਾਂ ਦੇ ਫੈਸਲੇ ਆ, ਅੱਜ ਹਾਲ ਦੀ ਘੜੀ ਜੋ ਮੈਂ ਡਿਪਟੀ ਕਮਿਸ਼ਨਰ ਜਾਂ ਚੱਡਾ ਸਾਹਿਬ ਨੂੰ ਕਿਹਾ, ਅਤੇ ਚੱਡਾ ਸਾਹਿਬ ਉਹਦੀ ਫਾਈਲ ਮੰਗਵਾ ਰਹੇ ਆ, ਦੇਖ ਰਹੇ ਨੇ, ਹਾਲ ਦੀ ਘੜੀ ਉੱਥੇ ਕੋਈ ਸਕੂਲ ਨਹੀਂ ਚੱਲ ਰਿਹਾ ਸੀ, ਉਹ ਸਕੂਲ 6 ਮਹੀਨੇ ਪਹਿਲਾਂ ਬੰਦ ਹੋ ਚੁੱਕਿਆ ਸੀ, ਅਤੇ ਪਿਛਲੀ ਸਰਕਾਰ ਦਾ ਫੈਸਲਾ ਕਿ ਉਹ ਸਾਰੀ ਕਲੋਨੀ 'ਚ ਹੁਣ ਇੱਕ ਜਿਹਨੂੰ ਕਹਿ ਸਕਦੇ ਪਾਵਰ ਕਲੋਨੀ ਵੱਲੋਂ ਉੱਥੇ ਅਰਬਨ ਡਿਵੈਲਪਮੈਂਟ ਹੋਣੀ ਹੈ। ਇਹ ਮਸਲਾ ਕੋਈ ਉਹ ਸਕੂਲ ਜੇ ਚੱਲਦਾ ਹੁੰਦਾ ਫਿਰ ਉਹਨੂੰ ਬੰਦ ਹੈ 6 ਮਹੀਨੇ ਤੋਂ ਜੀ। ਲਾਸਟ ਸਵਾਲ ਮੇਰਾ ਇਹ ਹੈ ਕਿ ਕੱਲ੍ਹ ਜਿਹੜੀਆਂ ਜਿਹੜੇ ਦੂਜੀਆਂ ਪੈਨਸ਼ਨਾਂ, ਇੱਕ ਤੋਂ ਬਾਅਦ ਜਿਹੜੀਆਂ ਪੈਨਸ਼ਨਾਂ ਹੈ ਉਹਦਾ ਫੈਸਲਾ ਕੀਤਾ, ਇਹਦੀ ਜਿਹੜੇ ਕਾਂਗਰਸ ਦੇ ਲੀਡਰ ਆ ਵੈਦ ਸਾਹਿਬ, ਉਹਨਾਂ ਨੇ ਬੜਾ ਵਿਰੋਧ ਕੀਤਾ ਕਿ ਤੁਸੀਂ ਦਿੱਲੀ ਵਿੱਚ ਕਿਹਾ ਸੀ ਕਿ ਜਿਹੜੀ ਸੈਲਰੀ ਵੀ ਵਧਾ ਦੇਣੀ ਚਾਹੀਦੀ, 2.5 ਲੱਖ ਕਰ ਦੇਣੀ ਚਾਹੀਦੀ ਆ, ਵੀ ਪੈਨਸ਼ਨਾਂ ਨਾਲ ਗੁਜ਼ਾਰਾ ਨਹੀਂ ਹੋਣਾ, ਇਹ ਮਾਸਟਰ ਮੋਹਨ ਲਾਲ ਜੀ ਵੀ ਇਹਦਾ ਵਿਰੋਧ ਕਰ ਰਹੇ ਆ, ਇਹਦੇ ਬਾਰੇ ਕੀ ਕਹਿਣਾ ਹੈ ਵੀ ਇਹ ਬਾਕੀ ਬੰਦ ਹੋਣੀਆਂ ਚਾਹੀਦੀਆਂ ਸੀ? ਵੈਸੇ ਤਾਂ ਲੋਕ ਸਰਾਹ ਰਹੇ ਇਸ ਫੈਸਲੇ। ਮੈਂ ਵੈਸੇ ਦੱਸਦਾ ਜੀ, ਇੱਕ ਤਾਂ ਵੈਦ ਸਾਹਿਬ ਮੇਰੇ ਨਿੱਜੀ ਮਿੱਤਰ ਵੀ, ਮੈਨੂੰ ਤਾਂ ਬੜੇ ਪਰਮਾਤਮਾ ਦੀ ਉਹਨਾਂ 'ਤੇ ਬਹੁਤ ਕਿਰਪਾ ਹੈ, ਲੁਧਿਆਣੇ ਸ਼ਹਿਰ ਦੀਆਂ 'ਚ ਮਹਿੰਗੀਆਂ ਮਹਿੰਗੀਆਂ ਜਾਇਦਾਦਾਂ ਦੇ ਉਹ ਮਾਲਕ ਨੇ, ਅਤੇ ਜਦੋਂ ਬੋਲ ਰਹੇ ਸੀ 75,000 ਨਾਲ ਗੁਜ਼ਾਰਾ ਨਹੀਂ ਹੁੰਦਾ, ਤਾਂ ਮੇਰੇ ਹਿਸਾਬ ਨਾਲ 75,000 ਤਾਂ ਉਹਨਾਂ ਦਾ ਡੇਲੀ ਦੇ ਲਾਈਫ ਸਟਾਈਲ ਦਾ, ਉਹਦੇ ਪਰਿਵਾਰ ਦਾ ਖਰਚਾ ਹੋਊਗਾ, ਅਤੇ ਉਹਨਾਂ ਦਾ ਗੁਜ਼ਾਰਾ ਤਾਂ ਵੈਸੇ ਨਹੀਂ ਹੋ ਸਕਦਾ। ਪਰ ਦੇਖੋ, ਇੱਕ ਤੋਂ ਵੱਧ ਪੈਨਸ਼ਨਾਂ ਹੋਣੀਆਂ ਉਹ ਜ਼ਰੂਰੀ ਸੀ ਬੰਦ ਕਰਨੀਆਂ, ਠੀਕ ਹੈ ਜਦੋਂ ਵਕਤ ਦੇ ਨਾਲ ਮਹਿੰਗਾਈ ਵਧੂ ਵੱਧਦੀਆਂ ਰਹਿਣਗੀਆਂ, ਜਿਵੇਂ ਠੀਕ ਹੈ ਦਿੱਲੀ 'ਚ ਕਿਹਾ ਵੀ ਹਾਂ ਉਹ ਵੱਧਦੀਆਂ ਰਹਿਣਗੀਆਂ, ਪਰ ਜਿਹੜੀ ਆ 6-6 ਪੈਨਸ਼ਨਾਂ 7-7 ਪੈਨਸ਼ਨਾਂ 10 ਉਹ ਬਿਲਕੁਲ ਬੰਦ ਹੋਣੇ ਚਾਹੀਦੀ ਹੈ। ਜਦੋਂ ਇਹਦੀ ਜਿਵੇਂ ਆਮ ਮੁਲਾਜ਼ਮਾਂ ਦੀ ਤਨਖਾਹਾਂ ਵੱਧਦੀਆਂ, ਉਹਨਾਂ ਦੀ ਪੈਨਸ਼ਨਾਂ ਵੱਧਦੀਆਂ, ਫੌਜੀਆਂ ਦੀ ਪੈਨਸ਼ਨਾਂ
ਇਹਨਾਂ ਵਿੱਚ ਮਾਈਨਿੰਗ ਵਾਲੇ ਬੜੇ ਘੁੰਮਦੇ ਰਹਿੰਦੇ ਆ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤੁਹਾਡੇ ਫਰੇਮ 'ਚ ਆਉਂਦੇ ਨੇ ਸਾਡੀਆਂ ਤਸਵੀਰਾਂ 'ਚ ਵੀ? ਮੈਂ ਦੇਖੋ ਜੀ, ਤਸਵੀਰਾਂ 'ਚ ਕੋਈ ਜੋ ਮਰਜ਼ੀ ਆ ਜਾਵੇ, ਇੱਕ ਤਾਂ ਨਾ ਤਾਂ ਮੇਰੇ ਵੱਲੋਂ ਕਿਸੇ ਨੂੰ ਕੋਈ ਆਥੋਰਾਈਜੇਸ਼ਨ ਹੈ, ਨਾ ਮੇਰੇ ਕਿਸੇ ਰਿਸ਼ਤੇਦਾਰ ਨੂੰ, ਨਾ ਕਿਸੇ ਨੂੰ ਕਿਸੇ ਨਾਲ ਕੋਈ ਲਿਹਾਜ਼ ਨਹੀਂ। ਮੈਂ ਉਹ ਸ਼ਖਸ ਹਾਂ ਜਿਹਨੇ ਸਾਰਿਆਂ ਮੀਡੀਆ ਨੂੰ ਕਿਹਾ ਸੀ ਜਾਂ ਹਰਜੋਤ ਬੈਂਸ ਰਹੂਗਾ ਜਾਂ ਮਾਈਨਿੰਗ ਮਾਫੀਆ ਰਹੂਗਾ। 101% ਇਮਾਨਦਾਰੀ, ਕਿਸੇ ਨਾਲ ਕੋਈ ਲਿਹਾਜ਼ ਨਹੀਂ। ਕੋਈ ਦੋਸਤ ਹੈ, ਕੋਈ ਮਿੱਤਰ ਹੈ, ਕੋਈ ਰਿਸ਼ਤੇਦਾਰ ਹੈ, ਕੋਈ ਨਾਲ ਫੋਟੋ ਖਿਚਾ, ਕਿਸੇ ਨਾਲ ਕੋਈ ਲਿਹਾਜ਼ ਨਹੀਂ। ਜੋ ਗਲਤ ਹੋਊਗਾ ਉਹ ਬਖਸ਼ਿਆ ਨਹੀਂ ਜਾਊਗਾ। ਅੱਛਾ, ਕੀ ਇੱਕ ਵਾਰੀ ਸੁਨੇਹਾ ਦੇ ਦਿਓ, ਜੇ ਕੋਈ ਗੱਲ ਰਹਿ ਗਈ ਤੁਸੀਂ ਕੀ ਕਹਿਣਾ ਚਾਹੁੰਦੇ? ਮੈਂ ਬਸ ਪੰਜਾਬੀਆਂ ਨੂੰ ਇਹ ਕਹਿਣਾ ਚਾਹੂੰਗਾ ਕਿ ਵੀ ਸਬਰ ਰੱਖੋ, ਵਿਸ਼ਵਾਸ ਰੱਖੋ, ਸਬਰ ਰੱਖੋ, ਵਿਸ਼ਵਾਸ ਰੱਖੋ, ਕੰਮ ਕਰਕੇ ਦਿਖਾਵਾਂਗੇ। ਥੈਂਕ ਯੂ, ਥੈਂਕ ਯੂ ਸਾਡੇ ਨਾਲ ਤੁਸੀਂ ਮੁਲਾਕਾਤ ਕੀਤੀ, ਸਮਾਂ ਦਿੱਤਾ। ਸੋ ਇਹ ਸਨ ਹਰਜੋਤ ਸਿੰਘ ਬੈਂਸ, ਜਿਨ੍ਹਾਂ ਨੇ ਖੁੱਲ੍ਹ ਕੇ ਗੱਲ ਕੀਤੀ ਆ। ਪੰਜਾਬ ਦੇ ਨੌਜਵਾਨ ਜਿਹੜੇ ਮੰਤਰੀ ਨੇ, ਉਹਨਾਂ ਨੇ ਬੇਬਾਕੀ ਨਾਲ ਗੱਲਬਾਤ ਕੀਤੀ ਆ। ਮਾਈਨਿੰਗ ਦੀ ਪੋਲਿਸੀ ਵੀ ਜਲਦੀ ਆਉਣ ਵਾਲੀ ਆ, ਅਤੇ ਟੂਰਿਜ਼ਮ ਲਈ ਵੀ ਬਹੁਤ ਵੱਡਾ ਇਹਨਾਂ ਕੋਲ ਪਲਾਨ ਹੈਗਾ। ਇਹ ਇੰਗਲੈਂਡ ਵਿੱਚ ਜਿਹੜੀ ਪੜ੍ਹੇ ਹੋਏ ਨੇ, ਇਹਨਾਂ ਨੇ ਦੁਨੀਆ ਦੇਖੀ ਹੋਈ ਆ। ਭਾਵੇਂ ਉਮਰ ਛੋਟੀ ਹੈ, ਵਿਜ਼ਨ ਚੰਗਾ। ਸੋ ਤੁਸੀਂ ਦੇਖਦੇ ਰਹੋ ਅਜੀਤ ਵੈੱਬ ਟੀਵੀ। ਮੈਂ ਤੁਹਾਡਾ ਦੋਸਤ ਸਤਨਾਮ ਸਿੰਘ ਸੱਤੀ। ਹੋ ਰਿਹਾ ਹੈ ਇੱਕ ਨਵੀਂ ਕ੍ਰਾਂਤੀ ਦਾ ਆਗਾਜ਼, ਘਰ ਬੈਠੇ ਸਰਕਾਰ ਤੱਕ ਪਹੁੰਚਾਓ ਆਪਣੀ ਆਵਾਜ਼। ਹੋਵੇ ਪੰਜਾਬੀ ਬੋਲੀ ਦਾ ਮੁੱਦਾ ਜਾਂ ਜਲਿਆਂਵਾਲੇ ਬਾਗ ਦੇ ਖੂਨੀ ਪਲ, ਹੁਣ ਲਿਆ ਜਾਵੇਗਾ ਹਰ ਇੱਕ ਚੀਜ਼ ਦਾ ਹਿਸਾਬ, ਤੇ ਬ੍ਰਿਟਿਸ਼ ਸਰਕਾਰ ਨੂੰ ਪਾਰਲੀਮੈਂਟ ਵਿੱਚ ਦੇਣਾ ਪਵੇਗਾ ਜਵਾਬ। ਪੰਜਾਬੀ ਭਾਸ਼ਾ ਚੇਤਨਾ ਬੋਰਡ UK ਦੀ ਇੱਕ ਅਨੋਖੀ ਪਹਿਲ ਪੰਜਾਬੀ ਲੈਬ ਹੈ। ਅੱਜ ਹੀ ਡਾਊਨਲੋਡ ਕਰੋ, ਨਾਲ ਹੀ ਹਰ ਇੱਕ ਇਨਫੋਰਮੇਸ਼ਨ ਭਰ ਕੇ ਆਪਣੇ MP ਨੂੰ ਈਮੇਲ ਰਾਹੀਂ ਸਬਮਿਟ ਕਰੋ, ਜੋ ਬਣੇਗੀ ਤੁਹਾਡੇ ਅਤੇ ਤੁਹਾਡੇ ਬੱਚਿਆਂ ਦੀ ਸਾਥੀ, ਕਰੇਗੀ ਤੁਹਾਡੇ ਹੱਕਾਂ ਦੀ ਰਾਖੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਅਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਅਤੇ ਹਾਂ, ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਅਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈੱਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਅਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਅਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ TV ਦੇ ਉੱਤੇ ਵੀ ਵੇਖ ਸਕਦੇ ਹੋ, ਅਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।